ਮੇਹਾ ਜਗਰੂਪ ਬਰਾੜ ਐਮ ਐਲ اے ਸ਼ਰੀਫ ਲੀਡਵਡ ਬੀ ਸੀ ਵਿੱਚ ਆਏ ਭਾਰੀ ਤੂਫਾਨ ਅਤੇ ਹੜ੍ਹਾਂ ਦੀ ਰਿਕਵਰੀ ਸੰਬੰਧੀ ਅੱਜ 15 ਦਸੰਬਰ 2021 ਦੇ ਅਪਡੇਟਸ ਇਸ ਪ੍ਰਕਾਰ ਹਨ ਹਾਈਵੇ ਸੰਬੰਧੀ ਵੱਡੀ ਜਾਣਕਾਰੀ ਕੋਕਾਲ ਹਾਈਵੇ ਅਗਲੇ ਸੋਮਵਾਰ ਦੀ ਸ਼ਾਮ ਤੱਕ ਐਸੈਂਸ਼ੀਅਲ ਟ੍ਰੈਫਿਕ ਯਾਨੀ ਜ਼ਰੂਰੀ ਵਸਤਾਂ ਦੀ ਟੋਆਟਵਾਇਦਲੀ ਕੋਨ ਦਿੱਤਾ ਜਾਏਗਾ ਕੋਕਾਲ ਹਾਈਵੇ ਤੇ ਇਸ ਸਮੇਂ ਸਿਰਫ ਕਮਰਸ਼ੀਅਲ ਵਹੀਕਲਸ ਅਤੇ ਇੰਟਰ ਸਿਟੀ ਬੱਸਾਂ ਹੀ ਚੱਲ ਸਕਣਗੀਆਂ ਤਾਂ ਕਿ ਜ਼ਰੂਰੀ ਵਸਤਾਂ ਦੀ ਟੂਟਾਟੋ ਇਹਨਾਂ ਨੂੰ ਯਕੀਨੀ ਬਣਾਇਆ ਜਾ ਸਕੇ ਜਦੋਂ ਵੀ ਕੋ ਕੋਹਾਲਾ ਦੁਬਾਰਾ ਖੋ ਦਿੱਤਾ ਜਾਂਦਾ ਤਾਂ ਹਾਈਵੇ 3 ਦੇ ਉੱਤੇ ਲੱਗੀ ਸੈਂਸ਼ਨ ਟ੍ਰੈਵਲ ਦੀ ਪਾਬੰਦੀ ਨੂੰ ਹਟਾ ਦਿੱਤਾ ਜਾਏਗਾ ਤਾਂ ਕਿ ਆਮ ਲੋਕ ਵੀ ਹਾਈਵੇ 3 ਦੇ ਉੱਤੇ ਸਫ਼ਰ ਕਰ ਸਕਣ ਇਸ ਸੰਬੰਧੀ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾਏਗਾ ਐਗਰੀਕਲਚਰ ਸੰਬੰਧੀ ਅਪਡੇਟਸ ਕਲਪਤਕ ਸਰਫੀ টি ਐਸਏ ਫਾਰਮਸ ਹਨ ਜੋ ਹਲੇ ਵੀ ਐਵੈਕੂਏਸ਼ਨ ਆਰਡਰਸ ਦੇ ਹੇਠ ਚੱਲੇ ਆ ਰਹੇ ਹਨ ਫਾਰਮਸ ਨੂੰ ਅਤੇ ਮਰੇ ਹੋਏ ਪਸ਼ੂਆਂ ਦੀ ਡਿਸਪੋਜ਼ਲ ਦੇ ਲਈ ਕੰਮ ਬੜੀ ਤੇਜ਼ੀ ਦੇ ਨਾਲ ਫਾਰਮ ਆਰਗੇਨਾਈਜੇਸ਼ਨ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਅਸੀਂ ਇਸ ਸਮੇਂ ਦੋ ਐਸਏ ਪ੍ਰੋਗਰਾਮ ਤੇ ਕੰਮ ਕਰ ਰਹੇ ਹਾਂ ਜਿਨ੍ਹਾਂ ਨਾਲ ਫਾਰਮਰਜ਼ ਨੂੰ ਉਹਨਾਂ ਦੇ ਲਾਈਫਸਟਾਕ ਜਾਨੀ ਪਸ਼ੂਆਂ ਲਈ ਫੀਡ ਜਾਨੀ ਚਾਰਾ ਆਮਹਿਆ ਕਰਨ ਦੇ ਲਈ ਮਦਦ ਮਿਲੇਗੀ ਅਨ ਸੁਪਰ ਸਰਕਾਰ ਇਸ ਵੇਲੇ ਫੈਡਰਲ ਸਰਕਾਰ ਨਾਲ ਰਲ ਕੇ ਬੀਸੀ ਵਿੱਚ ਫਾਰਮਰਸ ਦੇ ਹੋਏ ਨੁਕਸਾਨ ਦਾ ਦੀ ਅਸੈਸਮੈਂਟ ਕਰ ਰਹੀ ਹੈ ਤਾਂ ਕਿ ਅਸੀਂ ਇੱਕ ਕੰਪਰੀਹੈਂਸਿਵ ਪਲਾਨ ਤਿਆਰ ਕਰ ਸਕੀਏ ਕੁਝ ਹੋਰ ਅਪਡੇਟਸ ਕਨਫੈਡਰਲ ਸਰਕਾਰ ਵੱਲੋਂ ਬੀਸੀ ਵਿੱਚ ਆਹੜਾਂ ਦੀ ਰਾਹਤ ਦੇ ਲਈ 5 ਬਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ ਅਸੀਂ ਫੈਡਰਲ ਸਰਕਾਰ ਦਾ ਇਸ ਮਦਦ ਦੇ ਲਈ ਧੰਨਵਾਦ ਕਰਦੇ ਹਾਂ ਇਹ ਇਤਿਹਾਸਕ ਐਲਾਨ ਇਸ ਗੱਲ ਦਾ ਸਬੂਤ ਹੈ ਕਿ ਫੈਡਰਲ ਸਰਕਾਰ ਮੇਸੀ ਵਿੱਚ ਆਏ ਹੜ੍ਹਾਂ ਦੀ ਰਿਕਵਰੀ ਦੇ ਲਈ ਸੂਬਾ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅੱਜ ਰੈੱਡ ਕਰਾਸ ਵੱਲੋਂ ਉਹਨਾਂ ਲੋਕਾਂ ਨੂੰ ਜੋ ਐਵੇਕੂਏਟ ਕੀਤੇ ਗਏ ਸਨ ਉਹਨਾਂ ਲਈ ਮਦਦ ਕਰਨੀ ਸ਼ੁਰੂ ਕੀਤੀ ਜਾਏਗੀ ਜੇਕਰ ਤੁਸੀਂ ਹਲੇ ਵੀ ਐਵੇਕੂਏਸ਼ਨ ਆਰਡਰ ਹੇਠ ਹੋ ਤਾਂ ਤੁਸੀਂ ਰੈੱਡ ਕਰਾਸ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 1800 863 6582 ਤੇ ਫੋਨ ਕਰਕੇ ਮਦਦ ਲੈ ਸਕਦੇ ਹੋ ਇਸਨ ਅੱਜ 15 ਦਸੰਬਰ 2021 ਦੇ ਅਪਡੇਟਸ ਅਗਲੇ ਅਪਡੇਟਸ ਲੋਡ ਮੁਤਾਬਕ ਲੈ ਕੇ ਫਿਰ ਹਾਜ਼ਰ ਹੋਵਾਂਗਾ ਮਿਹਰਬਾਨੀ